खिलाफ हाई कोर्ट दे विच यूनियन जाएगी। दरअसल पंजाब सरकार दे वलों इस्मा जारी करने दे हुक्म जारी कर दिए गए तो यूनियन दे वलों प्रेस कॉन्फ्रेंस अज की गई। उन्होंने दस्सिया कि सरकार दे वलों जो इस्मा लगा दिता गया इस दे लई अदालत का बूहा खटखटाया जाएगा, हाई कोर्ट का रुख किया जाएगा। इस्मा वर्गे कानून दे नाल सानूं डराउण दी कोशिश हो रही है। यूनियन पक्के सर्कलां दे लई काम किते जाणगे, कोई वाधू काम नहीं है। यूनियन ने कहा है कि 3193 सर्कल खाली ने, उत्थे बैठ के पेन डाउन स्ट्राइक की जाएगी। असीं पेन डाउन स्ट्राइक कर रहे हाँ। सर्कल ने खाली ने 3193 की भर्ती वास्ते अज मुख्यमंत्री साहब के पाले के गेंद जथेबंदी वालों सुट दी गई है। 3193 सर्कलों की अज तो पेन डाउन स्टार्ट है। ਤੁਹਾਡੇ ਕੋਲ ਮੌਕਾ, ਅਸੀਂ 3000 ਸਰਕਲ ਦੀ ਪੈਨ ਡਾਊਨ ਕਰਕੇ ਚੱਲੇ ਹਾਂ। ਸਵੇਰ ਨੂੰ ਸਵਾਲ ਤਾਂ ਇਸ ਗੱਲ ਦਾ ਕਿ ਜਦੋਂ ਤੁਸੀਂ ਆਪਣੇ ਬਿਆਨ 'ਤੇ ਪੱਕੇ ਰਹੋ, ਉਹਨਾਂ 3000 ਸਰਕਲਾਂ ਦੇ ਉੱਪਰ 167 ਰੁਪਏ ਦਿਹਾੜੀ 'ਤੇ ਨੌਜਵਾਨ ਭਰਤੀ ਕਰਿਓ, ਚਾਹੇ ਆਪਣੇ ਵਰੰਟੀ ਨੇ ਕਰ ਲਿਓ। ਅਸੀਂ ਇੱਥੋਂ ਇਹ ਵੀ ਚੈਲੇਂਜ ਕਰਦੇ ਹਾਂ, ਜੋ ਵਾਧੂ ਕੰਮ ਅਸੀਂ ਅੱਜ ਤੋਂ ਬਿਲਕੁਲ ਬੰਦ ਕਰ ਦਿੱਤਾ ਉਹਦੀ ਬਿਲਕੁਲ ਪੈਨ ਡਾਊਨ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਾਂਗੇ। ਜੋ ਐਲਾਨ ਦੀ ਰੈਵਨਿਊ ਪਟਵਾਰ ਯੂਨੀਅਨ ਦੇ ਕਾਨੂੰਨ ਯੂਨੀਅਨ ਨੇ ਕੀਤਾ ਉਹ ਬਿਲਕੁਲ ਸੰਵਿਧਾਨ ਦੇ ਦਾਇਰੇ ਵਿੱਚ ਰਹਿੰਦੇ ਆ। ਕਿਸੇ ਸਾਡੇ ਕਨਗੋ ਨੂੰ, ਕਿਸੇ ਸਾਡੇ ਪਟਵਾਰੀ ਨੂੰ ਵਾਧੂ ਕੰਮ ਥੋਪਣ ਦੀ ਕੋਸ਼ਿਸ਼ ਕਰਦਾ, ਉਸ ਕਲੈਕਟਰ ਦੇ ਖਿਲਾਫ਼ 22 ਨੇਮ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਤਹਿਤ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦੀ ਰੈਵਨਿਊ ਪਟਵਾਰ ਯੂਨੀਅਨ ਔਫ ਦੀ ਰੈਵਨਿਊ ਕਨਗੋ ਐਸੋਸੀਏਸ਼ਨ 22 ਨੇਮ ਮੁਕੱਦਮਾ ਦਰਜ ਕਰਾਊਗੀ, ਉੱਥੇ ਚਾਰਾਜੋਈ ਕਰੂਗੀ। ਉਸ ਕਲੈਕਟਰ ਨੂੰ 22 ਨੇਮ ਪਾਰਟੀ ਬਣਾਇਆ ਜਾਊਗਾ ਜਿਹੜਾ ਸਾਡੇ ਕਿਸੇ ਪਟਵਾਰੀ ਨਾਲ, ਕਿਸੇ ਕਨਗੋ ਨਾਲ ਉਹਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦੇ ਹੋਏ, ਉਹਦੇ ਅਧਿਕਾਰ ਖੇਤਰ ਦੀ ਉਲੰਘਣਾ ਕਰਦੇ ਹੋਏ ਉਹਨੂੰ ਵਾਧੂ ਕੰਮ ਥੋਪਦਾ। ਅੱਜ ਅਸੀਂ ਇਸ ਸਟੇਜ ਤੋਂ ਮੁੱਖ ਮੰਤਰੀ ਪੰਜਾਬ ਜੀ ਨੂੰ ਫਿਰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਪੰਜਾਬ ਨੂੰ ਰੰਗਲਾ ਬਣਾਉਣ ਦੇ ਲਈ 167 ਰੁਪਈਏ ਨਰੇਗਾ ਮਜ਼ਦੂਰ ਵਾਲੀ ਦਿਹਾੜੀ ਦੇ ਉੱਪਰ ਅਗਰ ਤੁਹਾਡੇ ਕੋਲ ਬੇਰੁਜ਼ਗਾਰਾਂ ਦੀ ਕੋਈ ਫੌਜ ਆਉਣ ਵਾਸਤੇ ਤਿਆਰ ਆ, ਤਾਂ ਅੱਜ ਅਸੀਂ 3000 ਹਲਕਿਆਂ ਦੀਆਂ ਕਲਮਾਂ ਉਹਨਾਂ ਨੂੰ ਭੇਂਟ ਕਰਦੇ ਹਾਂ। ਅੱਜ 3000 ਹਲਕਿਆਂ ਦਾ ਪੈਨ ਡਾਊਨ ਬਿਲਕੁਲ ਕਰਦੇ ਹਾਂ।